ਤਾਜ਼ਾ ਹੋ ਜਾਂਦਾ ਪਹਿਲਾਂ ਪਹਿਲਾਂ ਲੋਕ ਆਪਣੇ ਦੇਸੀ ਹੁੰਦੇ ਸੀਗੇ, ਜਿਵੇਂ ਸਾਡੇ ਬਾਪੂ ਨੂੰ ਆਦਤ ਹੁੰਦੀ ਬਹੁਤ ਮਜ਼ਾਕ ਕਰਨ ਦੀ। ਸਾਡੇ ਘਰ ਕੋਲ ਲੱਗ ਗਿਆ ਟਾਵਰ, ਅੱਛਾ ਟਾਵਰ ਲੱਗ ਗਿਆ ਤੇ ਟਾਵਰ ਲੱਗਣਾ ਸੀ, ਅਜੇ ਲੱਗੀ ਜਾਂਦਾ ਸੀ ਮਾੜਾ ਮੋਟਾ ਜਿਹਾ ਸਮਾਨ ਜੇ ਸਿੱਟਿਆ ਸੀ। ਸਾਡਾ ਬਾਪੂ ਕਹਿੰਦਾ ਤਾਂ ਬਹੁਤ ਮਾੜੀ ਗੱਲ ਹੋ ਗਈ, ਸਾਡੇ ਨਾਲ ਦੇ ਮੱਝਾਂ ਰੱਖਦੇ ਆ ਵਿਚਾਰੇ ਉਹ ਘਰ ਵਾਲੇ ਨੇ। ਉਹ ਕਹਿੰਦਾ ਕਿਉਂ? ਕਹਿੰਦਾ ਬਾ ਕੱਟਾ ਹੀ ਨਹੀਂ, ਕਿਸੇ ਮੱਝ ਨੇ ਬੱਚਾ ਦੇਣਾ ਹੀ ਨਹੀਂ ਤੁਹਾਡੇ, ਨਾ ਕੱਟੋ ਨਾ ਕੱਟੀ ਤੇ ਬਸ ਖਤਮ, ਦੁੱਧ ਹੀ ਗਿਆ। ਉਹ ਕਹਿੰਦਾ ਫੇਰ ਕਹਿੰਦੇ ਤਾਂ ਰੋਕਣਾ ਪੈਣਾ। ਕਹਿੰਦਾ ਕਿਵੇਂ ਰੋਕੀਏ? ਕਹਿੰਦਾ ਰੁਪਈਆ ਲੱਗੂ 15-20 ਹਜ਼ਾਰ ਰੋਕਣ ਤੇ ਨਾ। ਉਹ ਕਹਿੰਦਾ ਚਾਚਾ ਲਾਈਏ ਆਪਾਂ ਇਕੱਠੇ ਹੋ ਕੇ ਰੁਪਈਏ, ਚਲੋ ਸਾਡੇ ਦੋ ਦਿਨ ਦਾਰੂ ਵਾਲੀ ਪੀਂਦੇ ਸੀ। ਉਹ ਕਹਿੰਦੇ ਅੱਜ ਪਹਿਲਾਂ ਤਾਂ ਆਪਾਂ ਮੀਟਿੰਗ ਕਰਕੇ ਪਹਿਲਾਂ ਤਾਂ ਆਪਾਂ ਰਾਏ ਬਣਾਈਏ ਦੀ ਕਿਵੇਂ ਪੱਟਣਾ ਇਹਨੂੰ, ਬੰਦੇ ਲੈ ਕੇ। ਹਾਂ ਕਹਿੰਦੇ ਤੇਰੇ ਘਰੇ ਆਈਏ? ਕਹਿੰਦਾ ਆ ਜਾਓ। ਉਹਦੇ ਘਰ ਤਿੰਨ ਬੋਤਲਾਂ ਪੀ ਕੇ ਆ ਗਈ। ਕਹਿੰਦੇ ਰਾਇਆ ਹਜੇ ਕਿਸੇ ਸਿਰੇ ਲੱਗੀ ਨੀ, ਕੱਲ ਨੂੰ ਫੇਰ ਆਵਾਂਗੇ। 3-4 ਦਿਨ ਆਈ ਕਰਦੇ ਰਹੇ, ਉਹਨੂੰ ਪਤਾ ਲੱਗ ਗਿਆ। ਉਹ ਕਹਿੰਦਾ ਟਾਵਰ ਆਪਾਂ ਚਾਚਾ ਪਟਾਉਣੇ ਹੀ ਨੀ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਪਤਾ ਜਿਹੜਾ ਤੁਸੀਂ ਟਾਵਰ ਪੱਟੀ ਜਾਂਦੇ ਆ, ਸਾਡੇ ਟਾਵਰ ਦੂਜਾ ਲਾਈ ਜਾਂਦੇ ਹੋ। ਸਾਡੇ ਉਹ ਖੇਤ ਘਰ ਹੁੰਦਾ ਸੀ ਨਾਲ ਹੀ ਸਾਡੇ ਖੇਤ ਦੇ, ਸਾਡੇ ਪਿਆਰੇ ਯਾਰ ਹੁੰਦੇ, ਬੰਦੇ ਬਹੁਤ ਚੰਗੇ ਸੀ, ਤਕੜਾ ਵੱਡਾ ਪਰਿਵਾਰ ਸੀ। ਤੇ ਉਹ ਭਾਈ ਸਾਡੇ ਬਾਪੂ ਨੂੰ ਆਦਤ ਹੁੰਦੀ ਮਜ਼ਾਕ ਕਰਨ ਦੀ, ਦੁਪਹਿਰੋਂ ਭਾਈ ਸਾਡਾ ਬਾਪੂ ਨਾ ਆਵੇ ਖੇਤੋਂ ਤੁਰਿਆ, ਗਰਮੀ ਬਾਹਲੀ ਸੀ, ਬਾਹਾਂ ਜਿਹੀਆਂ ਚੜ੍ਹਾ ਕੇ ਤੁਰਦਾ ਹੁੰਦੇ ਸੀ ਵੀ। ਉੱਧਰੋਂ ਸਾਡੇ ਮਾਤਾ ਸੀ ਸਾਡੇ ਘਰਾਂ 'ਚ, ਇੱਕ ਬੁੜੀ ਰੱਖੀ ਹੁੰਦੀ ਸੀ ਨਾ ਜੇ ਇਕੱਠੀਆਂ ਕਰਨ ਨੂੰ, ਜੇ ਮਰਗ ਵਾਲੇ ਘਰੇ ਜਾਣ ਨੂੰ ਉਹ ਮੂਹਰੇ ਹੁੰਦੀ ਸੀ ਸਾਰਿਆਂ ਨੂੰ, ਹੈ ਨਾ। ਅਤੇ ਉੱਧਰੋਂ ਉਹ ਆਵੇ, ਵੇ ਮੈਂਬਰਾ ਕਿੱਥੋਂ ਆਇਆ? ਕੌਣ ਨਹੀਂ? ਕਹਿੰਦਾ ਬੁੱਗੋਂ ਦੀ ਬੁੜੀ ਮਰ ਗਈ, ਲੱਕੜਾਂ ਚੜਾਈ ਜਾਂਦੇ ਸੀ। ਕਹਿੰਦਾ ਬਸ ਉੱਥੋਂ ਆਇਆ। ਕਹਿੰਦਾ ਹੈ ਕਦੋਂ ਮਰ ਗਈ ਵੇ? ਹੁਣ ਹੀ 1-2 ਘੰਟੇ ਹੀ ਹੋਏ ਆ। ਉਹਨੇ ਧੁੱਖੜ ਦੁਪਹਿਰੇ ਸਾਰਿਆਂ ਦੇ ਦਰਵਾਜ਼ੇ ਖੜਕਾ ਤੇ, ਉੱਠ ਨਹੀਂ ਉਹਨਾਂ ਦੀ ਬੜੀ ਮਾਤਾ ਮਰ ਗਈ, ਚਲੋ ਚਲੋ ਨੀ ਉੱਠੋ ਨੀ, ਮਾਤਾ ਮਰ ਗਈ, 20-25 ਲੈ ਗਈ ਇਕੱਠੀਆਂ ਕਰਕੇ। ਹੁਣ ਖੇਤ 'ਚ ਘਰ ਹੈ, ਜਦੋਂ ਖੇਤ ਕੋਲ ਆਈਆਂ ਤੇ ਆਪਣੀ ਚਰੀ ਹੁੰਦੀ ਸੀ ਉਹਨਾਂ ਦੇ ਘਰ ਦੇ ਨਾਲ, ਜਦੋਂ ਉੱਥੇ ਆਈਆਂ ਉਹਨੇ ਕਿਹਾ ਆਵਾਜ਼ ਕੋਈ ਨੀ। ਉਹ ਕਹਿੰਦੇ ਵੀ ਚੁੱਪ, ਰੌਲਾ ਨਾ ਪਾਇਓ, ਵੀ ਮੈਂ ਜਾਂਦੀ ਹਾਂ ਪਹਿਲਾਂ ਉੱਤੋਂ ਦੀ ਇਹਨਾਂ ਦੇ ਘਰੇ, ਜੇ ਤਾਂ ਮੈਂ ਲਾ ਤੇ 15-20 ਮਿੰਟ ਤਾਂ ਫੇਰ ਤਾਂ ਜਾਇਓ ਆ, ਤੇ ਜੇ ਬੁੜੀ ਠੀਕ ਹੋਈ ਮੈਂ ਦਮ ਦੇਣੇ ਬੁੜਿਆ। ਮੈਂਬਰ ਦਾ ਮੈਨੂੰ ਯਕੀਨ ਨਹੀਂ, ਗਰਮੀ ਹੋਈ ਨਹੀਂ, ਸਾਰੀਆਂ ਚਰੀ 'ਚ ਵੜਤੀਆਂ, ਕਦੀ ਚਰੀ 'ਚ ਵੜ ਕੇ ਖੜ ਜਾਓ, ਭੈੜੀਆਂ ਲੱਗਣਗੀਆਂ। ਉਹ ਮੁੜਕੋ ਮੁੜਕੀ ਬੁੜੀਆਂ ਚਰੀ 'ਚ, ਉਹਨਾਂ ਦੇ ਘਰੇ ਉੱਠ ਗਈ, ਜਾਂਦਿਆਂ ਨੂੰ ਮੂਹਰੇ ਪਿਆਰਾ ਫਿਰੇ। ਫਿਰ ਪਿਆਰਾ ਕਹਿੰਦੀ ਕਿਵੇਂ? ਠੀਕ ਆ ਬੇਬੇ। ਕਹਿੰਦਾ ਹੋਰ ਕਿਵੇਂ ਆ ਬੇਬੇ? ਕਹੀਂ ਠੀਕ ਆ ਪਿਆਰਾ। ਬੇਬੇ ਕਿਵੇਂ ਆ? ਆ ਜਾ। ਕਹਿੰਦਾ ਮੈਂ ਤਾਂ ਬੇਬੇ ਠੀਕ ਆ, ਉਹ ਬੈਠੀ ਹੈ। ਕਹਿੰਦਾ ਚੱਲ ਚੰਗਾ। ਕਹਿੰਦੀ ਮੈਂ ਤਾਂ ਜਾਂਦੀ ਹਾਂ ਫਿਰ। ਉਹ ਕਹਿੰਦਾ ਕਿੱਧਰ? ਚਾਹ ਪੀ, ਚਾਹ ਨਾ ਪੀਵੇ। ਅੱਛਾ, ਉਹਨੂੰ ਪਤਾ ਵਿੱਚ ਲੌਂਗ ਲਾਣਾ ਆ ਜੂ। ਉਹ ਨਾ 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 ਬੇਬੇ, ਇੰਨੇ ਟਾਈਮ ਬਾਅਦ ਆਈ ਆ, ਚਾਹ ਦਾ ਪੀ ਨਾ ਪਿਆਰਿਆ। ਕਹਿੰਦੀ ਪਰਮਾਤਮਾ ਦੀ ਸੋ, ਮੈਂ ਤਾਂ ਗਾਂ ਤੂੰ ਆਈ, ਕੰਮ ਏਡਾ ਜ਼ਰੂਰੀ ਆ, ਮੈਂ ਤਾਂ ਤੁਰੀ ਜਾਂਦੀ। ਮੈਂ ਕਿਹਾ ਬੇਬੇ ਦੇ ਦਰਸ਼ਨ ਕਰ ਲਾਂ। ਕਹਿੰਦਾ ਅਜੇ ਤਾਂ ਘਰੇ ਨਹੀਂ, ਬੇਬੇ ਦਾ ਅੰਦਰ ਹੈ। ਹਾਂ ਉਹ ਮੈਂ ਦੇਖ ਲੈਨੀ ਆ ਬੇਬੇ ਨੂੰ ਦੇਖ ਕੇ। ਮੈਂ ਉਹਨੂੰ ਬੇਬੇ ਕਹਿੰਦੀ ਬਹਿ ਜਾ ਚਾਹ ਪੀ। ਨਾ ਨਾ ਚਾਹ ਦਾ ਨਾਂ ਨਾ ਲਓ। ਉਹ ਕਹਿੰਦਾ ਕੋਈ ਗੱਲ ਆ, ਪਿਆਰਾ ਵੀ ਮਗਰੇ ਆ ਗਿਆ। ਜਦੋਂ ਛੜਕਦੇ ਆ ਸਾਡੇ ਵਾਲੇ ਮੱਥੇ ਵੇਖਿਆ ਤੇ ਉਹ ਭੱਜੀ ਜਾਂਦੀ, ਕਹਿੰਦੀ ਆ ਜਾਓ, ਝੂਠ ਮਾਰ ਗਿਆ ਕੁੱਤਾ। ਇੱਕ ਵੀ ਨਿਕਲ, 3 ਵੀ ਨਿਕਲ। ਉਹ ਕਹਿੰਦਾ ਤੂੰ ਤਾਂ ਬੇਬੇ ਮਾਰ ਕੇ ਆਈਆਂ ਸੀ ਸਿੱਧੀ ਸਾਡੇ ਘਰੇ। ਮੈਂ ਫਿਰ ਤਾਂ ਹੀ ਘਰੇ ਖੇਡਦਾ। ਮੈਨੂੰ ਕਹਿੰਦੀ ਤੇਰਾ ਪਾਪਾ ਕਿੱਥੇ ਆ? ਇੱਧਰ ਹੀ ਹੋਊ। ਮੈਂ ਕਿਹਾ ਕੀ ਹੋ ਗਿਆ? ਹਾਂ ਉਹਨੂੰ ਹੀ ਦੱਸੂ। ਮੈਂ ਕਿਹਾ ਚੰਗਾ। ਉਹ ਦਿਨ ਸਾਡੀ ਬੀਬੀ ਮਿਲ ਗਈ, ਉਹਨੂੰ ਕਹਿੰਦੀ ਆਏ ਕਰੀ ਸਾਡੇ ਨਾਲ, ਤੇ ਉਹ ਕਹਿੰਦੀ ਤੁਸੀਂ ਕਾਹਤੋਂ ਇਹਦੇ ਮਗਰ ਲੱਗ ਕੇ ਜਾ ਵੜੇ ਨੇ? ਤਾਂ ਹਰੇਕ ਨੂੰ ਕਹਿ ਦਿੰਦਾ ਸਾਡਾ ਬਾਪੂ ਸੀ ਵੀ ਆਈ ਇਹੀ ਬਸ ਕਹਿ ਗਿਆ। ਉਹਨੂੰ ਪਤਾ ਸੀ ਵੀ ਆਪੇ ਲੌਂਗ ਲਾਣਾ ਇਕੱਠੀ ਕਰਕੇ ਤੁਰੀ ਫਿਰੂ ਦੁਪਹਿਰੇ। ਉਹ ਕਹਿੰਦਾ ਹੁੰਦਾ ਸੀ ਇਹ ਕੰਮ ਹੀ ਹੈ, ਇਹਨਾਂ ਨੂੰ ਤਾਂ ਕੰਮ ਹੀ ਹੈ ਵੀ, ਇਹਨਾਂ ਦਾ ਕੰਮ ਹੈ ਵੀ ਕੰਮ ਹੀ ਭਾਲਦੀਆਂ ਰਹਿੰਦੀਆਂ ਇਹ, ਤਾਂ ਕਰਕੇ ਉਹੀ ਛੱਡ ਗਿਆ ਤੁਰਿਆ ਜਾਂਦਾ, ਇਕੱਠੀਆਂ ਹੋ ਕੇ ਫਿਰਦੀਆਂ ਰਹਿਣਗੀਆਂ। ਸਮੇਂ ਇਹੋ ਜਿਹੇ ਹੁੰਦੇ ਸੀ ਉਦੋਂ, ਜਾਂਦੇ ਹੁੰਦੇ ਸੀ, ਮਜ਼ਾਕ ਵੀ ਆਪਾਂ ਚੱਲ ਜਾਂਦੇ ਸੀ ਹਨਾ, ਉਦੋਂ ਕੋਈ ਚੱਲ ਆਇਆ ਗੁੱਸਾ ਕਰਦਾ ਹੀ ਨਹੀਂ ਸੀ। ਹਾਂ ਕੋਈ ਮਾੜਾ ਮੋਟਾ ਜੇ ਕਹਿ ਵੀ ਦਿੱਤਾ ਕਿਸੇ ਨੇ, ਚਲਾ ਗਲਾ ਕਹਿੰਦਾ ਲਾਂਭਾ ਦੇ ਜਾਂਦੇ ਵੀ ਇਹ ਵੀ ਐਂ ਨਹੀਂ ਕਰਨਾ ਚਾਹੀਦਾ ਸੀ, ਕਹਿ ਕੇ ਮੁੜ ਜਾਂਦਾ ਸੀ। ਬਿਲਕੁਲ, ਹੁਣ ਤਾਂ ਜਿਹਾ ਜਿਹਾ ਕੰਮ ਹੋ ਜਾਏ ਲੱਗਦਾ ਪਿੰਡ ਇਕੱਠਾ ਕਰ ਲੈਣਗੇ ਪੰਚਾਇਤ, ਪਿੰਡ ਇਕੱਠਾ ਪਰਚਾ ਕਰਾ ਦੇਣਗੇ। ਸਹੀ ਗੱਲ ਵੀ ਐਂ ਕਰਿਆ, ਪਹਿਲੀ ਗੱਲ ਤਾਂ ਜਿਹਨਾਂ ਦੇ ਘਰੇ ਭੇਜੂਗਾ ਉਹ ਵੀ ਕਰਾਉਣਗੇ, ਉਹ ਵੀ ਕਰਾਉਣਗੇ ਸਾਡੀ ਬੁੜੀ ਮਾਰ। ਹਾਂ ਇਹ ਤਾਂ ਪਹਿਲਾਂ ਦੇ ਉਧਰੋਂ ਦੋ ਪਰਚੇ ਪਰਚਾ ਹੋ। ਹਾਂ ਹੁਣ ਮੈਂ ਜਿਵੇਂ ਚਾਚੇ ਨੂੰ ਫੋਨ ਲਾ ਲਿਆ ਸੰਦੀਲੇ ਨੂੰ, ਹਾਂ ਮੈਂ ਕਿਹਾ ਜੀ ਖੜਾ ਬੁੱਕ ਕਰਾਉਣਾ ਸੀ ਜੀ, ਮੈਂ ਹੋਰ ਨਵੇਂ ਨੰਬਰ ਤੋਂ ਲਾ ਲਿਆ, ਉਹਨੇ ਆਵਾਜ਼ ਪਛਾਣੀ ਨਾ। ਮੈਂ ਕਹਾਂ ਲਓ ਦੱਸ, ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਅ ਜੀ। ਕਹਿੰਦੇ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਖੜਾ ਬੁੱਕ ਕਰਾਉਣਾ ਸੀ, ਕਿੱਥੇ ਕਰ ਦਿਆਂਗੇ? ਲਾ ਦਿਆਂਗੇ? ਮੈਂ ਕਿਹਾ ਜੀ ਬੇਬੇ ਮਰ ਗਈ ਸਾਡੀ, ਉਹਦੇ ਪ੍ਰੋਗਰਾਮ ਤੇ ਲਾਉਣਾ। ਕਹਿੰਦਾ ਹੈ ਵੱਡਾ ਕਰਨਾ? ਕਹਿੰਦਾ ਮੈਂ ਕਿਹਾ 125 ਕਦੀ ਹੋ ਕੇ ਮਰੀ ਹੈ ਜੀ। ਅੱਛਾ ਅੱਛਾ ਅੱਛਾ, ਮੈਂ ਗਦੌੜਾ ਲੈ ਕੇ ਆਵਾਂਗੀ ਜੀ। ਕਹਿੰਦਾ ਅੱਛਾ, ਵਿਚਾਰਾ ਢਿੱਲਾ ਜਿਹਾ ਬੋਲਿਆ। ਮੈਂ ਕਿਹਾ ਖੜਾ ਮੋਗੇ ਲਾਉਣਾ, ਕੁੱਤਾ ਧਾਰੀ ਆ। ਠੀਕ ਆ ਬਾਬਾ ਜੀ, ਘੈਂਟ ਵਾਲਾ।